ਸਾਦੀ ਸਬਜ਼ੀ ਬਣਾਉਣੀ ਅੱਜ ਅੱਜ ਆਲੂ ਬਣਾਉਣੇ ਆ ਠੀਕ ਆ ਹਾਂ ਮੈਂ ਗੱਲ ਕਰਨੀ ਇੱਕ ਹਾਂ ਮੰਮੀ ਵੀ ਲਾਗੇ ਬੈਠੇ ਆ ਤੇ ਮੈਂ ਕਰ ਹੀ ਲਵਾਂ ਉਹ ਭਰਾ ਮੇਰੇ ਦਾ ਫੋਨ ਆਇਆ ਤੇ ਤੁਹਾਨੂੰ ਤਾਂ ਪਤਾ ਹੀ ਉਹਨੇ ਪੈਲੀ ਗਹਿਣੇ ਪਾਈ ਆ ਤੇ ਛੁਡਾਉਣੀ ਸੀ ਉਹਨੇ ਤੇ ਫੋਨ ਆਇਆ ਉਹਨੇ ਪੈਸੇ ਤੇ ਬਾਕੀ ਇਕੱਠੇ ਕਰ ਲਏ ਆ ਕਹਿੰਦਾ ਵਾ ਕਿ 100,000 ਰੁਪਇਆ ਤੁਹਾਡਾ ਵਾ ਤੇ ਹੈਲਪ ਵੱਲੋਂ ਕਹਿੰਦਾ ਸੀ ਹੈਲਪ ਤਾਂ ਚੱਲ ਕੋਈ ਨਹੀਂ ਪਰ ਮੇਰੇ ਤੋਂ 100,000 ਨਹੀਂ ਹੈਗਾ ਮੇਰੇ ਕੋਲ 60,000 ਰੁਪਇਆ ਹੈਗਾ ਵਾ ਕਿੱਦਾਂ ਕਰੀਏ ਮੰਮੀ ਵੇਖ ਲਓ ਮਰਜ਼ੀ ਉਸ ਤਰ੍ਹਾਂ ਆ ਵੀ ਉਹ ਮੋੜੇਗਾ ਕਿਸ ਤਰ੍ਹਾਂ ਮੰਮੀ ਮੋੜ ਦੂਗਾ ਮੋੜੂ ਕੀ ਆ ਕੋਈ ਨਹੀਂ ਮੰਮੀ ਮੋੜ ਦੂਗਾ ਫਿਰ ਕੀ ਆ ਨਹੀਂ ਉਹ ਕੰਮ ਕਰ ਧੰਦਾ ਤਾਂ ਕੋਈ ਕਰਦਾ ਨਹੀਂ ਤੇ ਮੋੜ ਕਿਸ ਤਰ੍ਹਾਂ ਦਾ ਹੈਗਾ ਮੰਮੀ ਉਹਨੇ ਮੱਝਾਂ ਵੀ ਰੱਖੀਆਂ ਵਾ ਮੈਂ ਦੁੱਧ ਵੀ ਪਾਉਂਦਾ ਆ ਤੇ ਜੇ ਕਿਤੇ ਕੱਲ੍ਹ ਨੂੰ ਸੀਜ਼ਨ ਵਧੀਆ ਲੱਗ ਗਿਆ ਤੇ ਉਹ ਕਿੱਲੇ 'ਚੋਂ 60,000-70,000 ਰੁਪਇਆ ਨਿਕਲ ਆਉਂਦਾ ਆ ਸੀਜ਼ਨ ਵਧੀਆ ਲੱਗਣ ਦੀ ਤਾਂ ਬਾਅਦ ਦੀ ਗੱਲ ਆ ਤੇ ਮੱਝਾਂ ਨਾਲ ਚੋਂ ਇੰਨੇ ਨੇ ਪੈਸੇ ਮੁੜੇ ਜਾਂਦੇ ਹੁੰਦੇ ਆ ਤੈਨੂੰ ਪਤਾ ਹੀ ਆ ਉਹ ਮੰਮੀ ਇਹ ਮੇਰੀ ਗੱਲ ਸੁਣੋ ਜੇ ਨਾ ਵੀ ਮੋੜੂਗਾ ਤਾਂ ਫਿਰ ਕੀ 60,000 ਦੀ ਕਿਹੜੀ ਗੱਲ ਆ ਕੋਈ ਨਹੀਂ ਜੇ ਨਾ ਵੀ ਮੋੜੂਗਾ ਤੇ ਨਹੀਂ ਪੈਸੇ ਤੇ ਮੋੜੂਗਾ ਉਹ ਉਹਨੇ ਕਿਹਾ ਆ ਕੋਈ ਨਹੀਂ ਤੂੰ ਕਰਦੇ ਫੋਨ ਉਹਨੂੰ ਚੱਲ ਪੱਕਾ ਫਿਰ ਮੈਂ ਕਰਦਾ ਹਾਂ ਕਰਦੇ ਫੋਨ ਚੱਲ ਕਰਦੇ ਫੋਨ ਫਿਰ ਵੇਖ ਲੈ ਚਲੋ ਠੀਕ ਆ ਚੱਲ ਮੈਂ ਵੀ ਜਾਵਾਂ ਥੋੜਾ ਕੰਮ ਹੈ ਮੈਨੂੰ ਆ ਵੀ ਲੈ ਜਾ ਮੈਂ ਆਉਂਦੀ ਹਾਂ ਕਿਸ ਤਰ੍ਹਾਂ ਬੁੱਢੀ ਦੇ ਮਗਰ ਲੱਗਾ ਹੈ ਝੱਟ ਹੀ ਮੰਨ ਗਿਆ ਪੈਸਿਆਂ ਨੂੰ ਇਹਨੂੰ ਮੈਂ ਕਰਦੀ ਹਾਂ ਨਾ ਗੱਲ ਆਉਂਦਾ ਜਦੋਂ ਬਾਹਰੋਂ ਕਿਸ ਤਰ੍ਹਾਂ ਜਨਾਨੀ ਦੇ ਪਿੱਛੇ ਮਿੰਟ 'ਚ ਲੱਗ ਜਾਂਦੇ ਨੇ ਪੈਸੇ ਹੱਥੋਂ ਮਿੰਟ ਹੀ ਸੁੱਟ ਦਿੰਦੇ ਨੇ ਇਹਨੂੰ ਸਮਝ ਹੀ ਨਹੀਂ ਲੱਗਦੀ ਕੋਈ ਆਉਂਦਾ ਤਾਂ ਮੈਂ ਕਰਦੀ ਗੱਲ ਇਹਦੇ ਨਾਲ ਮੰਮੀ ਹਾਂਜੀ ਮਣੀ ਕਿੱਥੇ ਆ ਮਣੀ ਤਾਂ ਪਾਠ ਕਰਦੀ ਪਈ ਅੱਛਾ ਤੇ ਚੱਲ ਪਾਠ ਕਰਦੀ ਤੇ ਮੈਂ ਉਹਦੇ ਤੇਰੇ ਨਾਲ ਇੱਕ ਗੱਲ ਕਰਨੀ ਸੀ ਉਹ ਬਾਬਾ ਪਾਸੇ ਆ ਉਹ ਰੋਟੀ ਦੇ ਦਿਓ ਯਾਰ ਗੱਲਾਂ ਵੀ ਹੋਈਆਂ ਰੋਟੀ ਵੀ ਦੇ ਦੇਣੇ ਤੈਨੂੰ ਰੋਟੀ ਤੈਨੂੰ ਭੁੱਖ ਲੱਗੀ ਆ ਤੇ ਤੈਨੂੰ ਪੈਸੇ ਦੇਣ ਲੱਗਿਆ ਮਾਸਾ ਨਹੀਂ ਪਤਾ ਲੱਗਾ ਵੀ ਉਹਨੂੰ ਹਾਂ ਕਰਨ ਲੱਗਿਆ ਤੇ ਮੰਮੀ ਦੇਣੇ ਨਹੀਂ ਪੈਸੇ ਦੱਸ ਅਗਲੇ ਨੇ ਮੰਗੇ ਆ ਉਹਨੂੰ ਲੋੜ ਆ ਅੱਜ ਮੰਗੇ ਕਮਾਉਂਦਾ ਧੇਲਾ ਨਹੀਂ ਤੇ ਤੇਰੇ ਕਿੱਥੋਂ ਪੈਸੇ ਮੋੜ ਦੇਗਾ ਤੇ ਫਿਰ ਕੀ ਯਾਰ ਵੀ ਆ 60,000 ਹੀ ਆ ਨਾ ਮੁੜੂ ਤੇ ਫਿਰ ਕੀ ਡਿਗਾ ਖਰਾਜ ਲੱਗੀ ਆ ਤੂੰ ਬੜਾ ਜਨਾਨੀ ਦੇ ਮਗਰ ਲੱਗ ਗਿਆ ਹੁਣ ਜਨਾਨੀ ਵਾਲੀ ਗੱਲ ਕਿੱਥੋਂ ਆ ਗਈ ਇਹ 'ਚ ਜਨਾਨੀ ਵਾਲੀ ਤਾਂ ਹੋਰ ਕੀ ਆ ਤੁਸੀਂ ਨਹੀਂ ਬਾਬਾ ਨਾਲ ਸਲਾਹ ਕਰਦੇ ਸਲਾਹ ਕਰਦੇ ਹਾਂ ਅਤੇ ਸਲਾਹ ਅਸੀਂ ਆਪਣੇ ਸੱਸ ਸਹੁਰੇ ਨਾਲ ਵਾਲੀ ਕਰਦੇ ਹਾਂ ਤੁਹਾਨੂੰ ਪੁੱਛ ਕੇ ਤੁਹਾਨੂੰ ਹਾਂ ਕੀਤੀ ਆ ਅਤੇ ਹੁਣ ਮੈਂ ਬੈਠਿਆ ਉਹਦੇ ਕੀ ਆਉਂਦੀ ਤੂੰ ਮੈਨੂੰ ਪਈ ਪੁੱਛਦਾ ਵੱਖਰਾ ਅਤੇ ਮੈਂ ਤੈਨੂੰ ਦੱਸਦੀ ਹੁਣ ਤੁਸੀਂ ਤਾਂ ਐਵੇਂ ਨਿੱਕੀ ਜਿਹੀ ਗੱਲ ਨੂੰ ਗਲੀ ਫਿਰ ਨਿੱਕੀ ਜਿਹੀ ਗੱਲ ਆ 60,000 ਰੁਪਇਆ ਰਕਮ ਥੋੜ੍ਹੀ ਆ ਕਿਤੇ ਉਹ ਦੇ ਦੂਗਾ ਤਾਂ ਫਿਰ ਕੀ ਆ ਹਾਂ ਮੱਝਾਂ ਤੋਂ ਵੀ ਕਦੀ ਪੈਸੇ ਮੁੜੇ ਨੇ ਸੀਜ਼ਨ ਲੱਗ ਜਾਏਗਾ ਸੀਜ਼ਨ ਇੱਕ ਤਰ੍ਹਾਂ ਹੀ ਲੱਗ ਜਾਂਦੇ ਹੁੰਦੇ ਨੇ ਵਿਹਲੜ ਹੈਗਾ ਉਹ ਹੌਲੀ ਬੋਲੋ ਸੁਣ ਲੂਗੀ ਕੀ ਕਰਨ ਡੇ ਤੁਸੀਂ ਉਹ ਉੱਧਰ ਦੂਜੇ ਕਮਰੇ 'ਚ ਪਾਠ ਕਰਦੀ ਪਈ ਮੈਂ ਤਾਂ ਦੇਣੇ ਪੈਸੇ ਉਹਨੂੰ ਚੰਗਾ ਹਾਂ ਕਰਤੀ ਮੈਂ ਤੁਹਾਨੂੰ ਪੁੱਛ ਕੇ ਫੇਰ ਹੀ ਹਾਂ ਕੀਤੀ ਤੁਹਾਡੇ ਦੋਲੇ ਨਹੀਂ ਕੀਤੀ ਮੈਂ ਕੀਤੀ ਤਾਂ ਹੁਣ ਮੈਂ ਬੈਠਿਆ ਸਾਹਮਣੇ ਮੈਂ ਹੁਣ ਕੀ ਕਹਿੰਦੀ ਫਿਰ ਤੈਨੂੰ ਗੱਲਬਾਤੀ ਤਾਂ ਕਿਹਾ ਸੀ ਮੈਂ ਪੈਸੇ ਦੇਣੇ ਜੀ ਹੁਣ ਇੱਕ ਵਾਰੀ ਰਿਸ਼ਤੇਦਾਰੀ ਦੀ ਗੱਲ ਆ ਰਿਸ਼ਤੇਦਾਰੀ ਖਰਾਬ ਨਹੀਂ ਕਰਨੀ ਸੀ ਚੰਗਾ ਖਰਾਬ ਨਹੀਂ ਕਰਨੀ ਨਾ ਪੁੱਛਦੇ ਨਾ ਦੱਸਦੇ ਮਰਜ਼ੀਆਂ ਆਪਣੀਆਂ ਕਰਦੇ ਰਹੇ ਚੰਗਾ ਮੰਮੀ ਤੂੰ ਵੀ ਦਿਨ ਐਵੇਂ ਦੇ ਹਾਂ ਦੇਈ ਜਾਂਦੇ ਦੇਵੀ ਹਾਂ ਤੂੰ ਕਿਸ ਤਰ੍ਹਾਂ ਦਿੰਦਾ ਪਏ ਦਊਂਗਾ ਮੈਂ ਇਸ ਤਰ੍ਹਾਂ ਭੂ ਭੂ ਕਰਦਾ ਉੱਠਿਆ ਇਹਨੂੰ ਇੰਨੀ ਨਹੀਂ ਸਮਝ ਲੱਗਦੀ ਪੈਸੇ ਬਣਦੇ ਕਿਸ ਤਰ੍ਹਾਂ ਹੁਣ ਵਿਹਨੀ ਹਾਂ ਮੈਂ ਦਿੰਦਾ ਕਿਸ ਤਰ੍ਹਾਂ ਇਹਨਾਂ ਦੋ ਦੋਵਾਂ ਜਗ੍ਹਾ 'ਚ ਪਾਉਂਦੀ ਹਾਂ ਮੈਂ ਫੁੱਟ ਇਸ ਤਰ੍ਹਾਂ ਨਹੀਂ ਗੱਡੀ ਚੱਲਣੀ ਇਹ ਤਾਂ ਰਹਿ ਗਿਆ ਨੇਰਾ ਸਹੁਰਿਆਂ ਜੋਗਾ ਹੀ ਇਹਨੂੰ ਤਾਂ ਸ਼ਰਮ ਹੀ ਹੈ ਨਹੀਂ ਮਾਸਾ ਵੀ ਬਸ ਪੈਸੇ ਰੁੱਖਾਂ ਨੂੰ ਲੱਗਦੇ ਆ ਲੈ 60,000 ਦੀ ਕਿਹੜੀ ਗੱਲ 60,000 ਦੀ ਕਿਹੜੀ ਗੱਲ ਤਾਂ 60,000 ਐਵੇਂ ਆ ਜਾਂਦਾ ਇਹਨੂੰ ਨਾ ਹੁਣ ਮੈਂ ਨਾ ਕਿਸੇ ਤਰੀਕੇ ਨਾਲ ਨਾ ਇਹਨਾਂ ਦੋਵਾਂ ਜਗ੍ਹਾ 'ਚ ਫੁੱਟ ਪਾਉਂਦੀ ਹਾਂ ਫੁੱਟ ਪਾ ਕੇ ਨਾ ਇਹਨਾਂ ਨੂੰ ਅਲੱਗ ਅਲੱਗ ਕਰਦੀ ਹਾਂ ਨਾ ਇਹ ਸਹੁਰਿਆਂ ਵੱਲ ਹੋਵੇ ਨਾ ਸਹੁਰੇ ਜਾਵੇ ਅਤੇ ਨਾ ਪੈਸੇ ਦੇਵੇ ਇਸ ਤਰ੍ਹਾਂ ਨਹੀਂ ਨਿਕਾਬੂ ਆਉਣਾ ਇਹ ਤਾਂ ਜਨਾਨੀ ਦੇ ਮਗਰ ਐਂ ਪੂਰਾ ਲੱਗ ਗਿਆ ਪਤਾ ਨਹੀਂ ਗੁਣਮੁਣ ਦੋਵੇਂ ਜੀ ਕੀ ਕਰਦੇ ਨੇ ਨਾ ਮੈਂ ਪੁੱਛਦੇ ਕਿਸੇ ਨੂੰ ਨਾ ਦੱਸਦੇ ਕਿਸੇ ਨੂੰ ਇਹਨੇ ਤਾਂ ਨਾ ਐਡਾ ਮੈਨੂੰ ਤੰਗ ਕੀਤਾ ਨਾ ਇਹਨੇ ਕੋਈ ਹਿਸਾਬ ਹੀ ਨਹੀਂ ਕਦੀ ਕਿਸੇ ਨੂੰ ਪੈਸੇ ਦੇਣੇ ਕਦੀ ਕਿਸੇ ਨੂੰ ਪੈਸੇ ਦੇਣੇ ਮਣੀ ਹਾਂਜੀ ਲਿਆ ਮੈਂ ਪਿਆਜ਼ ਕੱਟ ਦਿੰਦੀ ਹਾਂ ਅਤੇ ਚਾਹ ਲਿਆ ਬਣਾ ਕੇ
ਇੱਧਰ ਦੇ ਉੱਤੇ चाह पी लो मैं कट दिनी हाँ। नहीं नहीं कोई नहीं, तू जा कपड़े धोला तो मैं कट लेनी सब्जी प्याज नू। ठीक है। कमरे जे बैठे अपने जे वो आंटी बुलाउण डे बाहर आंदे गुरुद्वारे जाना वा। चल मैं कह देना मम्मी नू। ठीक आ। मम्मी हां जी वो आंटी कहंदे गुरुद्वारे जाना, चल जो नाल उहनां दे। कोई नहीं गुरुद्वारे ते मैं चल जानी आ, ते पहलो आ वे आ चाह वे चाह ही आ। ऐना मिठा इहनू मैं पता मैं फिक्की पीनी ते वेखला इदां दा मिठा चिक्कड़ चिक कर कर दिंदी उह मैनू। जहर ही कीता वा एडे मोटे प्याज गल जाएंगे सब्जी चाहू जो पता मैं बरीक प्याज खाना एडे मोटे का तो कटन डे आ वेख मैं बरीक कटन डी हाँ। एक प्याज रह गया है तो मैंने आँदी मम्मी कट दो, तो मैं आ वे बरीक कटे आदे कटे हुए मोटे मोटे वो इस तरह ही कर दी कि जहर किया चाह च आ वेख ला अकल मौत तेन है नहीं किड़े किड़े मोटे प्याज कटे भला सब्जी इदा के प्याज पाई दे। चल तुम कर दो बरीक मैं कर दा गल जाके बरीक मैं करा हूँ। चल मैं कर दिनी हाँ तो आ लै जा कप भी चाह चुक लै जा मैं नहीं पीनी। रोज दिनी चाह मम्मी झूठ बोलन डेया कप झूठ बोलन डेया ते नाल एक गल होर जो तेनू पता मैं प्याज सब्जी जो बरीक खाना तू एडे मोटे का तो कटे है मोटे प्याज मैं तो एक भी प्याज नहीं कट के आई। हाँ ये भी मम्मी ने कटे होने मोटे। ले मैं झूठ का तो बोलना है मैं प्याज कोई कटे ही नहीं गा नाल चाह भी मैं मम्मी ने फिक्की दी। तू की करन दी जे प्याज तू नहीं कटे तू किथे मैं तो उथे मम्मी मैनू कहंदे कपड़े धोला तू। हाँ सारा कसूर मम्मी दा ही है ना कटी जा तू अपनी गलती ना मन्नी तू। ते मैं गलती नहीं हैगी ते मैं क्यों कहां बोदी ना बोलण का मेरे अगे सारी गलतियां करके तो हम मम्मी ने झूठा पाई जानी है दिमाग खराब किया इन्हें। सहज वाली भी हद ही हो गई ना मैं चाह च मिठा पाया है तो ना मैं प्याज कटे आ तो फिर भी सहज में पता नहीं क्यों एकदम कुछ नहीं मम्मा फोन चला दी आ ना मेरा जाना सवेरे तो मेरा सूट प्रेस करके रख दे। ठीक रख दिनी हाँ।
ਲੱਗਦਾ ਦੋਵੇਂ ਜੀ ਸੌਂ ਗਏ ਨੇ। ਸੂਟ ਤਾਂ ਉਹਨੇ ਕਰਕੇ ਰੱਖਤਾ ਸੀ ਪ੍ਰੈਸ, ਉਹ ਲੁਕਾਉਂਦੀ ਹੁਣ ਉੱਠ ਕੇ, ਅਤੇ ਆਪੇ ਜਦੋਂ ਸਵੇਰੇ ਮੰਗੂਗੇ ਨਾ ਤਾਂ ਦੇਵੇ ਕਿੱਥੋਂ ਲੱਭ ਕੇ ਦਿੰਦੀ ਆ। ਇਹਨਾਂ 'ਚ ਮੈਂ ਚੰਗੀ ਅੱਜ ਲੜਾਈ ਪਾਉਣੀ ਆ, ਇਹਦੇ ਹੱਡ ਪੋਲੇ ਕਰਾਉਣੀ ਮੈਂ। ਜਿਹੜੀ ਇਹ ਪੈਸੇ 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 ਪੇਕਿਆਂ ਨੂੰ ਆਹ ਦੇ ਦਿਓ, ਪੇਕਿਆਂ ਨੂੰ ਆਹ ਦੇ ਦਿਓ। ਕੁਛ ਨਹੀਂ ਮੰਮਾ, ਚਾਹ ਲੱਗੀ ਬਣਾਉਣ। ਤੇ ਮੈਂ ਤੈਨੂੰ ਸੂਟ ਕਿਹਾ ਸੀ ਪ੍ਰੈਸ ਕਰਕੇ ਰੱਖ ਦੇ ਰਾਤੀ। ਤੇ ਸੂਟ ਮੈਂ ਤੁਹਾਡਾ ਕਰਤਾ ਪ੍ਰੈਸ, ਉੱਥੇ ਰੱਖਿਆ ਟੇਬਲ 'ਤੇ। ਤੇ ਮੈਂ ਵੇਖ ਕੇ ਉੱਥੇ ਸੂਟ ਹੈ ਹੀ ਨਹੀਂਗਾ। ਰੁਕੋ ਮੈਂ ਵੇਖ ਕੇ ਆਉਂਦੀ ਹਾਂ। ਹਾਂ ਸੂਟ ਤਾਂ ਮੈਂ ਇੱਥੇ ਰੱਖਿਆ ਸੀ ਰਾਤੀ ਪ੍ਰੈਸ ਕਰਕੇ। ਸੂਟ ਕਿੱਥੇ ਗਿਆ ਆ? ਸੂਟ ਮੈਂ ਤਾਂ ਚੁੱਕੇ ਆਉਣੀ ਆ। ਸੂਟ ਇੱਥੇ ਰੱਖਿਆ ਸੀ ਰਾਤੀ ਪ੍ਰੈਸ ਕਰਕੇ, ਸੂਟ ਕਿੱਥੇ ਚੱਲ ਗਿਆ? ਵਿਖਾ ਹੁਣ ਕਿੱਥੇ ਸੂਟ। ਮੰਮਾ ਮੈਂ ਇੱਥੇ ਰੱਖਿਆ ਸੀ ਸੂਟ ਰਾਤੀ ਪ੍ਰੈਸ ਕਰਕੇ। ਮੈਨੂੰ ਨਹੀਂ ਪਤਾ, ਮੈਂ ਹੁਣ ਤਿਆਰ ਹੋਣਾ ਅਤੇ ਮੈਂ ਤੈਨੂੰ ਪਤਾ ਮੈਂ ਲੇਟ ਹੋਣ ਡਈ ਹਾਂ। ਤੂੰ ਪਤਾ ਨਹੀਂ ਕਿੱਥੇ ਲਗਾ ਛੱਡਿਆ, ਪ੍ਰੈਸ ਹੀ ਨਹੀਂ ਕੀਤਾ ਹੋਣਾ। ਮੰਮਾ ਮੈਂ ਪ੍ਰੈਸ ਕਰਕੇ ਰੱਖਿਆ, ਮੈਂ ਕਿਉਂ ਲਗਾਉਣਾ ਸੂਟ? ਹਾਂ ਕੋਈ ਨਹੀਂ, ਆਉਂਦਾ ਸਾਈ ਤਾਂ ਮੈਂ ਦੱਸਦੀ ਅੱਜ ਕਿਸ ਤਰ੍ਹਾਂ ਦੀ ਕਪੂਤਾ ਕਰਦੀ।